ਪਟਿਆਲਾ ਦੇ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਕਾਰ ਸਵਾਰ ਇੱਕ ਵਿਅਕਤੀ ਨੂੰ 30 ਗ੍ਰਾਮ ਹੈਰੋਇਨ ਅਤੇ 1,13,000 ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਹਿਚਾਣ ਸ਼ੇਰ ਸਿੰਘ ਵਾਸੀ ਸਮਾਣਾ ਹਾਲ ਵਾਸੀ ਪਟਿਆਲਾ ਵਜੋਂ ਹੋਈ ਹੈ। ਇਸ ਸੰਬੰਧੀ DSP ਸਿਟੀ 2 ਦਲਵੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰਿਫਤਾਰ ਵਿਅਕਤੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਵੱਖ ਵੱਖ ਰਹਿਸ਼ਾਂ ਬਦਲ ਕੇ ਪਟਿਆਲੇ, ਪਹਿਲਾਂ ਉਹ ਰਹਿੰਦਾ ਸੀ ਦਰਸ਼ਨ ਨਗਰ ਪਟਿਆਲਾ, ਅੱਜ ਕੱਲ੍ਹ ਉਹ ਯਾਦ ਨਗਰ 'ਤੇ ਰਹਿ ਰਿਹਾ ਸੀ। ਅਤੇ ਜਿਹੜੇ ਅਤੇ ਪਹਿਲਾਂ ਵੀ ਕਾਫੀ ਕਤਲ ਲੁੱਟਾਂ ਖੋਹਾਂ ਅਤੇ ਚੋਰੀਆਂ ਡਕੈਤੀਆਂ ਦੇ ਮੁਕੱਦਮੇ ਦਰਜ ਨੇ। ਕੱਲ੍ਹ ਸਾਡੀ ਪੁਲਿਸ ਪਾਰਟੀ ਇਸੇ ਮਨਜੀਤ ਸਿੰਘ ਨੇ ਆਪਣੇ ਕਿਹੜਾ ਚੌਂਕ ਭੁਪਿੰਦਰਾ ਡੈਰੀ ਕੋਲੋਂ ਨੂੰ ਇੱਕ ਕਾਰ ਦੇ ਵਿੱਚ 30 ਗ੍ਰਾਮ ਹੈਰੋਨ ਨਾਲ ਗ੍ਰਿਫਤਾਰ ਕੀਤਾ, ਜਿਹਦੇ ਕੋਲੋਂ 1,13,000 ਰੁਪਏ ਡਰੱਗ ਮਨੀ ਵੀ ਬਰਾਮਦ ਹੁੰਦੀ ਆ। ਇਹਦੇ ਖਿਲਾਫ ਅਸੀਂ ਮੁਕੱਦਮਾ ਦਰਜ ਕਰਕੇ ਡੂੰਘਾਈ ਨਾਲ ਪੜਤਾਲ ਕਰ ਰਹੇ ਹਾਂ ਅਤੇ ਕਿੱਥੋਂ ਲੈ ਕੇ ਆਉਂਦਾ ਸੀ ਅਤੇ ਕਿਹਨੂੰ ਅੱਗੇ ਇਹਨੇ ਸਪਲਾਈ ਦਿੰਦਾ, ਉਹ ਸਾਰਾ ਅਸੀਂ ਵੈਰੀਫਾਈ ਕਰਕੇ